ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਲਕਮ ਟੂ ਮਾਸਟਰ ਕਲਾਸਿਸ। ਸ਼ੁਰੂ ਕਰਦੇ ਹਾਂ ਅੱਜ ਦੇ ਕਰੰਟ ਅਫੇਅਰਸ ਦੇ ਨਾਲ। ਲੈਕਚਰ ਦੀ PDF ਤੁਸੀਂ ਸਾਡੇ ਟੈਲੀਗ੍ਰਾਮ ਗਰੁੱਪ ਦੇ ਵਿੱਚ ਜਾ ਕੇ ਲੈ ਸਕਦੇ ਹੋ। ਸਭ ਤੋਂ ਪਹਿਲਾਂ ਕੱਲ੍ਹ ਇੱਕ ਬਹੁਤ ਹੀ ਇੰਪੋਰਟੈਂਟ ਅਤੇ ਵੱਡੀ ਅਨਾਊਂਸਮੈਂਟ ਕੀਤੀ ਗਈ ਹੈ ਆਪਣੇ ਫਾਈਨੈਂਸ ਮਿਨਿਸਟਰ ਨਿਰਮਲਾ ਸੀਤਾਰਮਨ ਜੀ ਦੁਆਰਾ। ਕੋਰੋਨਾ ਵਾਇਰਸ ਜਿਹੜਾ ਪੈਂਡੈਮਿਕ ਸਾਰੀ ਦੁਨੀਆ ਦੇ ਵਿੱਚ ਫੈਲਿਆ ਹੋਇਆ ਹੈਗਾ, ਇਹਦੇ ਕਰਕੇ ਆਉਣ ਵਾਲੇ ਜਿਹੜਾ ਸਮਾਂ ਹੈ, ਆਉਣ ਵਾਲੇ ਦਿਨ ਨੇ, ਆਪਾਂ ਸਾਰਿਆਂ ਨੂੰ ਪਤਾ ਹੈ ਉਸ ਸਿਚੁਏਸ਼ਨ ਨੂੰ ਆਪਾਂ ਨੇ ਕਿਵੇਂ ਟੈਕਲ ਕਰਨਾ ਹੈਗਾ, ਠੀਕ ਹੈ, ਅਤੇ ਆਪਾਂ ਨੂੰ ਕਿਹੜੀ ਕਿਹੜੀ ਦਿੱਕਤਾਂ ਆ ਸਕਦੀਆਂ ਨੇਗੀਆਂ। ਸੋ ਸਰਕਾਰ ਦੇ ਕੰਨਾਂ ਦੇ ਵਿੱਚ ਵੀ ਇਹ ਗੱਲ ਪਈ ਅਤੇ ਸਰਕਾਰ ਨੇ ਵੀ ਹੁਣ ਇਸ ਚੀਜ਼ ਨੂੰ ਧਿਆਨ 'ਚ ਰੱਖਦੇ ਹੋਏ 1.7 ਲੱਖ ਕਰੋੜ ਰੁਪਏ ਦਾ ਰਿਲੀਫ ਪੈਕੇਜ ਅਨਾਊਂਸ ਕੀਤਾ ਹੈਗਾ ਇਸ ਕੋਰੋਨਾ ਵਾਇਰਸ ਜਿਹੜੀ ਬਿਮਾਰੀ ਹੈਗਾ ਇਹਦੇ ਇੰਪੈਕਟ ਨੂੰ ਝੱਲਣ ਦੇ ਲਈ। ਸੋ ਆਓ ਦੇਖੀਏ ਜੀ ਵੀ ਇਸ 1.7 ਲੱਖ ਕਰੋੜ ਦਾ ਜਿਹੜਾ ਪੈਕੇਜ ਸਰਕਾਰ ਨੇ ਅਨਾਊਂਸ ਕੀਤਾ, ਬਹੁਤ ਹੀ ਵਧੀਆ ਫੈਸਲਾ ਦਿੱਤਾ ਹੈਗਾ ਨਿਰਮਲਾ ਸੀਤਾਰਮਨ ਜੀ ਦੁਆਰਾ, ਠੀਕ ਹੈ, ਇਹਨਾਂ ਦੇ ਥਰੂ ਸਰਕਾਰ ਨੇ ਬਹੁਤ ਹੀ ਵਧੀਆ ਫੈਸਲਾ ਅਨਾਊਂਸ ਕੀਤਾ। ਦੇਖਦੇ ਹਾਂ ਇਹਦੇ ਵਿੱਚ ਕੀ ਕੀ ਚੀਜ਼ਾਂ ਆਪਣੇ ਗਰੀਬ ਲੋਕ ਨੇਗੇ ਉਹਨਾਂ ਨੂੰ ਦਿੱਤੀਆਂ ਗਈਆਂ, ਠੀਕ ਹੈ, ਜਿਹੜੀ ਆਪਣੀ ਬਿਲੋ ਪਾਵਰਟੀ ਲਾਈਨ ਫੈਮਿਲੀ ਹੈਗੀ, ਜਿਹਦੇ ਨਾਲ ਇਹ ਲਾ ਲਓ ਤੁਸੀਂ ਇਸ ਸਕੀਮ ਦੇ ਤਹਿਤ ਜੋ ਵੀ ਇਹਨਾਂ ਨੇ ਪੈਕੇਜ ਅਨਾਊਂਸ ਕੀਤਾ, ਲਗਭਗ ਆਪਣੇ ਭਾਰਤ ਦੀ ਜਿਹੜੀ 2/3 ਪਾਪੂਲੇਸ਼ਨ ਹੈ ਉਹਨੂੰ ਇੰਪੈਕਟ ਪਊਗਾ, ਕਿਵੇਂ ਦੇਖਦੇ ਹਾਂ। ਤਾਂ ਸਭ ਤੋਂ ਪਹਿਲਾਂ ਜਿਹੜਾ ਇਹ 1.7 ਲੱਖ ਕਰੋੜ ਦਾ ਪੈਕੇਜ ਹੈ ਇਹ ਇੱਕ ਸਕੀਮ ਦੇ ਤਹਿਤ ਦਿੱਤਾ ਹੋਊਗਾ। ਉਸ ਸਕੀਮ ਦਾ ਨਾਮ ਹੈਗਾ ਜੀ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ। ਇਹ ਸਕੀਮ ਦਾ ਨਾਮ ਤੁਸੀਂ ਯਾਦ ਰੱਖਿਓ। ਸਭ ਤੋਂ ਪਹਿਲਾਂ ਜਿਹੜੇ ਆਪਣੇ ਬਿਲੋ ਪੋਵਰਟੀ ਲਾਈਨ BPL ਫੈਮਿਲੀਜ਼ ਨੂੰ ਲੋਕ ਬਿਲੋਂਗ ਕਰਦੇ ਨੇ ਉਹਨਾਂ ਨੂੰ 5 ਕਿਲੋ ਆਟਾ ਪਰ ਮੰਥ, ਹਰੇਕ ਮਹੀਨੇ ਹਰੇਕ ਪਰਸਨ ਨੂੰ 5 ਕਿਲੋ ਜਿਹੜਾ ਫੂਡ ਗ੍ਰੇਨਸ ਨੇ, ਕਣਕ ਹੋ ਗਈ ਚਾਹੇ ਉਹ ਚੌਲ ਹੋ ਗਏ, ਉਹ ਉਹਨਾਂ ਨੂੰ ਫ੍ਰੀ ਦਿੱਤੇ ਜਾਣਗੇ ਆਉਣ ਵਾਲੇ 3 ਮਹੀਨਿਆਂ ਦੇ ਲਈ, ਤਾਂ ਕਿ ਆਪਣੇ ਦੇਸ਼ ਦੇ ਵਿੱਚ ਭੁੱਖਮਰੀ ਕਰਕੇ ਕੋਈ ਬੰਦਾ ਨਾ ਮਰੇ, ਠੀਕ ਹੈ। ਇਹ ਬਿਮਾਰੀ ਨੂੰ ਨਜਿੱਠਣ ਦਾ ਆਪਾਂ, ਠੀਕ ਹੈ, ਆਪਾਂ ਸੰਜਮ ਰੱਖਾਂਗੇ ਤਾਂ ਹੌਲੀ ਹੌਲੀ ਇਹ ਜਿਹੜੇ ਦਿਨ ਆਪਣੇ ਉੱਪਰ ਬੀਤ ਰਹੇ ਨੇਗੇ ਇਹ ਵੀ ਲੰਘ ਜਾਣਗੇ, ਇਹ ਵੀ ਗੁਜ਼ਰ ਜਾਣਗੇ। ਸੋ ਸਾਰਿਆਂ ਦੀ ਕੋਆਪਰੇਸ਼ਨ ਦੇ ਨਾਲ ਹੀ ਇਹ ਸਭ ਕੁਝ ਚੱਲਣਾ ਹੈਗਾ। ਅਤੇ ਸਰਕਾਰ ਕਹਿੰਦੀ ਵੀ 3 ਮਹੀਨੇ ਆਪਾਂ ਕਿਸੇ ਨੂੰ ਭੁੱਖੇ ਤਾਂ ਮਰ ਨਹੀਂ ਦਿੰਦੇ। ਆਪਣੇ ਦੇਸ਼ ਦੇ ਵਿੱਚ ਜਿਹੜੇ ਫੂਡ ਗ੍ਰੇਨਸ ਨੇ ਉਹਨਾਂ ਦਾ ਸਟਾਕ ਕਾਫੀ ਜ਼ਿਆਦਾ ਹੈਗਾ, ਠੀਕ ਹੈ। ਸੋ ਸਭ ਤੋਂ ਪਹਿਲਾਂ ਤਾਂ ਜਿਹੜੇ BPL ਫੈਮਿਲੀਜ਼ ਨੇ ਉਹਨਾਂ ਦੇ ਹਰੇਕ ਜੀ ਨੂੰ ਹਰੇਕ ਮਹੀਨੇ 5 ਕਿਲੋ ਜਿਹੜੇ ਫੂਡ ਗ੍ਰੇਨਸ ਨੇ ਉਹ ਫ੍ਰੀ ਦੇ ਵਿੱਚ ਦਿੱਤੇ ਜਾਣਗੇ ਆਉਣ ਵਾਲੇ 3 ਮਹੀਨਿਆਂ ਦੇ ਲਈ। ਉਸ ਤੋਂ ਇਲਾਵਾ 1 ਕਿਲੋ ਦਾਲ ਵੀ ਦਿੱਤੀ ਜਾਊਗੀ। ਪ੍ਰੈਫਰਡ ਪਾਲਿਸੀ ਜਿਹੜੀ ਲੋਕਾਂ ਦੀ ਇੱਛਾ, ਜਿਹੜੀ ਦਾਲ ਖਾਂਦੇ ਨੇ, ਕੋਈ ਮੂੰਗੀ ਖਾਂਦਾ, ਕੋਈ ਵੀ ਖਾਂਦਾ, ਠੀਕ ਹੈ, ਉਹ ਉਹਨਾਂ ਨੂੰ ਫ੍ਰੀ ਦਿੱਤੀ ਜਾਊਗੀ, ਠੀਕ ਹੈ, ਆਉਣ ਵਾਲੇ 3 ਮਹੀਨਿਆਂ ਦੇ ਲਈ। ਸੋ ਸਭ ਤੋਂ ਪਹਿਲਾਂ ਫੈਸਲਾ ਇਹ ਹੈ। ਹੁਣ ਇੱਥੇ ਇੱਕ ਇੰਪੋਰਟੈਂਟ ਗੱਲ ਇਹ ਹੈ, ਜਿਹੜੀ ਪਹਿਲਾਂ ਤੋਂ ਇੱਕ ਸਕੀਮ ਚੱਲ ਰਹੀ ਹੈ ਨੈਸ਼ਨਲ ਫੂਡ ਸਿਕਿਉਰਿਟੀ ਐਕਟ, ਜਿਹਦੇ ਤਹਿਤ ਜਿਹੜੇ ਆਪਣੇ ਲੋਕ ਨੇਗੇ ਇਹ ਸਕੀਮ ਦੇ ਤਹਿਤ ਨੈਸ਼ਨਲ ਫੂਡ ਸਿਕਿਉਰਿਟੀ ਐਕਟ ਦੇ ਤਹਿਤ ਉਹਨਾਂ ਨੂੰ ਸਬਸਿਡਾਈਜ਼ਡ ਰੇਟ ਦੇ ਉੱਪਰ ਫੂਡ ਗ੍ਰੇਨਸ ਮਿਲਦੇ ਸੀ, ਕਿਵੇਂ 3 ਰੁਪਏ ਕਿਲੋ ਉਹਨਾਂ ਨੂੰ ਲੋਕਾਂ ਨੂੰ ਚੌਲ ਮਿਲਦੇ ਸੀਗੇ ਅਤੇ 2 ਰੁਪਏ ਕਿਲੋ ਉਹਨਾਂ ਨੂੰ ਕਣਕ ਮਿਲਦੀ ਸੀਗੀ, ਯਾਨੀ ਕਿ ਹਰੇਕ ਜੀ ਨੂੰ 5 ਕਿਲੋ ਮਹੀਨੇ ਦਾ ਇਹ ਰਾਸ਼ਨ ਮਿਲਦਾ ਹੁੰਦਾ ਸੀਗਾ ਸਬਸਿਡਾਈਜ਼ ਰੇਟ ਦੇ ਉੱਪਰ। ਇਹ ਜਿਹੜਾ ਹੁਣ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਤਹਿਤ ਇਹ 5 ਕਿਲੋ ਫ੍ਰੀ ਫੂਡ ਗ੍ਰੇਨਸ ਮਿਲ ਰਹੇ ਨੇ, ਇਹ ਨੈਸ਼ਨਲ ਫੂਡ ਸਿਕਿਉਰਿਟੀ ਐਕਟ ਦੇ ਤਹਿਤ ਜਿਹੜਾ ਰਾਸ਼ਨ ਲੋਕਾਂ ਨੂੰ ਪਹਿਲਾਂ ਤੋਂ ਮਿਲ ਰਿਹਾ ਉਹਦੇ ਤੋਂ ਐਡੀਸ਼ਨ ਦੇ ਵਿੱਚ ਹੈ, ਯਾਨੀ ਕਿ ਹੁਣ ਤੁਸੀਂ ਕਹਿ ਲਓ 10 ਕਿਲੋ ਉਹਨਾਂ ਨੂੰ ਫੂਡ ਗ੍ਰੇਨਸ ਮਿਲਣਗੇ, ਠੀਕ ਹੈ। ਇਹ ਗੱਲ ਤੁਸੀਂ ਯਾਦ ਰੱਖੋ, ਇਹ ਪਹਿਲਾ ਡਿਫਰੈਂਸ। ਹੁਣ ਦੇਖਦੇ ਹਾਂ ਹੋਰ ਕੀ ਕੀ, ਮਤਲਬ ਕੈਸ਼ ਟ੍ਰਾਂਸਫਰ ਦੇ ਵਿੱਚ, ਠੀਕ ਹੈ, ਕੀ ਕੀ ਫਾਇਦੇ ਦਿੱਤੇ ਗਏ ਨੇ ਆਪਣੇ ਲੋਕਾਂ ਨੂੰ। ਤਾਂ ਸਭ ਤੋਂ ਪਹਿਲਾਂ ਇੱਕ ਪਿਛਲੇ ਸਾਲ ਸਕੀਮ ਚਲਾਈ ਸੀ ਸਰਕਾਰ ਨੇ PM ਕਿਸਾਨ ਸਕੀਮ। ਇਹ ਸਕੀਮ ਦੇ ਤਹਿਤ ਕੀ ਸੀ, ਜਿਹੜੇ ਆਪਣੇ ਕਿਸਾਨ ਭਾਈ ਨੇ, ਪਹਿਲੀ ਗੱਲ ਇਹ ਸਕੀਮ ਪਹਿਲਾਂ ਤਾਂ ਦੇਸ਼ ਦੇ 12 ਕਰੋੜ ਜਿਹੜੇ ਕਿਸਾਨ ਭਾਈ ਨੇ ਸ਼ੁਰੂਆਤੀ ਦੌਰ ਦੇ ਵਿੱਚ ਉਹਨਾਂ ਦੇ ਲਈ ਹੀ ਇਹ ਸਕੀਮ ਚਲਾਈ ਗਈ ਸੀ, ਬਟ ਬਾਅਦ ਦੇ ਵਿੱਚ ਇਹ ਜਿਹੜੀ ਸਕੀਮ ਸੀ PM ਕਿਸਾਨ ਸਕੀਮ, ਇਹ ਭਾਰਤ ਦੇ ਜਿੰਨੇ ਵੀ ਕਿਸਾਨ ਨੇ ਸਾਰਿਆਂ ਦੇ ਲਈ ਇਹ ਓਪਨ ਕਰ ਦਿੱਤੀ ਗਈ ਸੀ, ਠੀਕ ਹੈ। ਸੋ ਹੁਣ ਅੱਜ ਦੇ ਸਮੇਂ ਲਗਭਗ 1400-1450 ਭਾਰਤੀ ਕਿਸਾਨ ਇਸ ਸਕੀਮ ਦੇ ਤਹਿਤ ਆਪਦੇ ਖਾਤਿਆਂ ਦੇ ਵਿੱਚ ਇਹ ਪੈਸੇ ਲੈ ਸਕਦੇ ਨੇ, ਠੀਕ ਹੈ, ਇਹਦਾ ਫਾਇਦਾ ਲੈ ਸਕਦੇ ਨੇ। ਸੋ ਇਸ ਸਕੀਮ ਦੇ ਵਿੱਚ ਕੀ ਸੀਗਾ, 6,000 ਰੁਪਇਆ ਐਨੁਅਲੀ ਕਿਸਾਨ ਹੈਗਾ ਜਿਹੜਾ ਉਹਦੇ ਖਾਤੇ ਦੇ ਵਿੱਚ ਡਾਇਰੈਕਟਲੀ ਸਰਕਾਰ ਦੁਆਰਾ ਟ੍ਰਾਂਸਫਰ ਕੀਤਾ ਜਾਂਦਾ ਸੀ 3 ਕਿਸ਼ਤਾਂ ਦੇ ਵਿੱਚ, 2,000 ਦੀਆਂ 3 ਕਿਸ਼ਤਾਂ ਹੁੰਦੀਆਂ ਸੀਗੀਆਂ। ਤੇ ਸਰਕਾਰ ਨੇ ਹੁਣ ਇਹ ਕਿਹਾ ਵੀ ਜਿਹੜੀ 2,000 ਦੀ ਕਿਸ਼ਤ ਹੈ ਉਹ ਅਸੀਂ ਅਪ੍ਰੈਲ ਜਿਹੜਾ ਪਹਿਲਾ ਹਫ਼ਤਾ ਉਹਦੇ ਵਿੱਚ ਹੀ, ਪਹਿਲੇ ਹਫ਼ਤੇ ਦੇ ਵਿੱਚ ਹੀ 2,000 ਰੁਪਇਆ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਅਸੀਂ ਟ੍ਰਾਂਸਫਰ ਕਰ ਦੇਣਾ ਤਾਂ ਕਿ ਆਪਦੇ ਡੇਲੀ ਨੀਡਸ ਉਹ ਪੂਰੀਆਂ ਕਰ ਸਕਣ। ਦੂਸਰਾ, ਜਿਹੜੇ ਆਪਣੇ ਡਿਸੇਬਲਡ ਲੋਕ ਨੇਗੇ, ਪੂਅਰ ਪੈਨਸ਼ਨਰਸ ਨੇ, ਪੂਅਰ ਵਿਡੋਜ਼ ਨੇ, ਵਿਧਵਾ ਔਰਤਾਂ ਨੇ, ਉਹਨਾਂ ਦੇ ਖਾਤੇ ਦੇ ਵਿੱਚ ਆਉਣ ਵਾਲੇ 3 ਮਹੀਨਿਆਂ ਦੇ ਲਈ 1,000 ਰੁਪਇਆ ਟ੍ਰਾਂਸਫਰ ਕਰ ਦਿੱਤਾ ਹੋਊਗਾ, ਠੀਕ ਹੈ। ਤੇ ਉਸ ਤੋਂ ਇਲਾਵਾ ਜਿਹੜੀ ਮਨਰੇਗਾ ਵੇਜ ਹੈਗੀ ਉਹ 182 ਰੁਪਏ ਤੋਂ ਵਧਾ ਕੇ 202 ਰੁਪਏ ਪਰ ਡੇ ਕਰ ਦਿੱਤੇਗੀ, ਠੀਕ ਹੈ, ਜੋ ਕਿ 5 ਕਰੋੜ ਫੈਮਿਲੀਜ਼ ਨੂੰ ਬੈਨੀਫਿਟ ਕਰੂਗੀ। ਤੇ ਜਿਹੜੇ ਪਿੰਡਾਂ ਦੇ ਵਿੱਚ ਜਿਹੜੀਆਂ ਔਰਤਾਂ ਦਾ ਜਨਧਨ ਖਾਤੇ ਨੇਗੇ, ਜਿਹਨਾਂ ਕੋਲ ਰੁਪਏ ਕਾਰਡ ਹੈਗਾ ਉਹਨਾਂ ਦੇ ਜਿਹੜੇ ਖਾਤੇ ਨੇਗੇ ਉਹਨਾਂ ਦੇ ਵਿੱਚ 500 ਰੁਪਇਆ ਹਰੇਕ ਮਹੀਨੇ 3 ਮਹੀਨੇ ਦੇ ਲਈ ਪਾ ਦਿੱਤਾ ਜਾਊਗਾ ਸਰਕਾਰ ਦੁਆਰਾ, ਤਾਂ ਕਿ ਉਹਨਾਂ ਔਰਤਾਂ ਨੂੰ ਆਪਦਾ ਘਰ ਬਾਰ ਚਲਾਉਣ ਦੇ ਵਿੱਚ ਕੋਈ
ਦਿੱਕਤ ਨਾ ਆਵੇ, ਠੀਕ ਆ। ਸੋ ਇਹ ਜਿਹੜਾ ਫੈਸਲਾ ਇਹ 20 ਕਰੋੜ ਔਰਤਾਂ ਨੂੰ ਫਾਇਦਾ ਪਹੁੰਚਾਊਗਾ। ਹੁਣ ਆਰਗੇਨਾਈਜ਼ ਸੈਕਟਰ ਦੀ ਗੱਲ ਕਰ ਲਈਏ ਤਾਂ ਸਰਕਾਰ ਜਿਹੜਾ ਇੰਪਲੋਈਜ਼ ਪ੍ਰੋਵੀਡੈਂਟ ਫੰਡ ਹੈਗਾ ਉਹਦੇ ਵਿੱਚ ਵੀ ਕੰਟਰੀਬਿਊਸ਼ਨ ਆਪਦੀ ਵਧਾ ਰਹੀ ਹੈ 3 ਮਹੀਨੇ ਦੇ ਲਈ 12% ਕਰਤਾ, ਠੀਕ ਹੈ। ਤੇ ਹੋਰ ਬਾਕੀ ਅਨਾਉਂਸਮੈਂਟਸ ਆਪਾਂ ਗੱਲ ਕਰ ਲੈਣੇ ਤਾਂ ਸਭ ਤੋਂ ਇੰਪੋਰਟੈਂਟ ਜਿਹੜੀ ਅਨਾਉਂਸਮੈਂਟ ਕੀਤੀ ਗਈ ਸਰਕਾਰ ਦੁਆਰਾ ਉਹ ਇਹ ਹੈ ਵੀ ਜਿਹੜੇ ਆਪਣੇ ਜਿਹੜੇ ਹੈਲਥ ਕੇਅਰ ਵਰਕਰਸ ਨੇ, ਡਾਕਟਰਸ ਹੋ ਗਏ, ਨਰਸਿਸ ਹੋ ਗਏ, ਠੀਕ ਹੈ, ਵਾਰਡ ਬੋਇਜ਼ ਹੋ ਗਏ, ਇਹ ਇਸ ਵੇਲੇ ਆਪਣੇ ਸਾਰਿਆਂ ਦੇ ਲਈ ਤੁਸੀਂ ਕਹਿ ਲਓ ਭਗਵਾਨ ਦਾ ਦੂਜਾ ਰੂਪ ਹੀ ਨੇ, ਜੋ ਇਸ ਬਿਮਾਰੀ ਨਾਲ ਲੜਨ ਦੇ ਲਈ ਆਪਣੇ ਸਾਰਿਆਂ ਦੀ ਮਦਦ ਕਰ ਰਹੇ ਨੇਗੇ। ਸੋ ਸਰਕਾਰ ਨੇ ਇਹ ਸਾਰੇ ਜਿਹੜੇ ਹੈਲਥ ਕੇਅਰ ਵਰਕਰਸ ਨੇ ਇਹਨਾਂ ਦੇ ਲਈ ਇਕੱਲੇ ਇਕੱਲੇ ਹੈਲਥ ਕੇਅਰ ਵਰਕਰ ਦੇ ਲਈ 50 ਲੱਖ ਰੁਪਏ ਦਾ ਜਿਹੜਾ ਇੰਸ਼ੋਰੈਂਸ ਕਵਰ ਹੈਗਾ ਉਹ ਅਨਾਊਂਸ ਕਰਤਾ, ਤਾਂ ਕਿ ਜੇ ਇਸ ਬਿਮਾਰੀ ਦੇ ਨਾਲ ਲੜਨ ਦੇ ਲਈ ਕਿਸੇ ਹੈਲਥ ਕੇਅਰ ਵਰਕਰ ਦੀ ਜੇ ਜਾਨ ਵੀ ਚਲੀ ਜਾਂਦੀ ਹੈ ਤਾਂ ਉਹਦੇ ਪਰਿਵਾਰ ਨੂੰ ਕੋਈ ਅੱਗੇ ਜਾ ਕੇ ਦਿੱਕਤ ਨਾ ਆਵੇ, ਠੀਕ ਆ। ਸੋ 50 ਲੱਖ ਦਾ ਇੰਸ਼ੋਰੈਂਸ ਕਵਰ ਉਹਨਾਂ ਲੋਕਾਂ ਦੇ ਲਈ ਅਨਾਊਂਸ ਕੀਤਾ ਗਿਆ। ਉਸ ਤੋਂ ਇਲਾਵਾ ਜਿਹੜੀ ਉਜਵਲਾ ਸਕੀਮ ਹੈ ਜਿਹਦੇ ਤਹਿਤ LPG ਸਿਲੰਡਰ ਵੰਡੇ ਜਾਂਦੇ ਸੀਗੇ ਲੋਕਾਂ ਨੂੰ, ਠੀਕ ਹੈ, ਉਸ ਸਕੀਮ ਦੇ ਤਹਿਤ ਹੁਣ ਆਉਣ ਵਾਲੇ 3 ਮਹੀਨਿਆਂ ਦੇ ਲਈ, ਠੀਕ ਹੈ, ਲੋਕਾਂ ਨੂੰ ਜਿਹੜੇ ਉਜਵਲਾ ਸਕੀਮ ਦੇ ਬੈਨੀਫੀਸ਼ਰੀ ਸੀਗੇ ਉਹਨਾਂ ਨੂੰ 3 ਮਹੀਨੇ ਦੇ ਲਈ ਫ੍ਰੀ ਗੈਸ ਸਿਲੰਡਰ ਦਿੱਤੇ ਜਾਣਗੇ, ਜੋ ਕਿ 8.3 ਕਰੋੜ 8,30,00,000 ਜਿਹੜੇ ਆਪਣੇ ਬਿਲੋ ਪੋਵਰਟੀ ਲਾਈਨ ਫੈਮਿਲੀਜ਼ ਨੇ ਉਹਨਾਂ ਨੂੰ ਬੈਨੀਫਿਟ ਫਾਇਦਾ ਪਹੁੰਚਾਊਗੀ। ਤੇ ਅਗਲੀ ਜਿਹੜੀ ਅਨਾਊਂਸਮੈਂਟ ਆ ਉਹ ਇਹ ਹੈ ਵੀ ਜਿਹੜੇ ਆਪਣੇ ਵੂਮੈਨ ਸੈਲਫ ਹੈਲਪ ਗਰੁੱਪ ਨੇਗੇ, ਠੀਕ ਹੈ, ਛੋਟੇ ਧੜੇ ਹੁੰਦੇ ਨੇ ਔਰਤਾਂ ਦੇ, ਜੋ ਕਿ ਆਪਦੇ ਛੋਟਾ ਮੋਟਾ ਜਿਹੜਾ ਬਿਜ਼ਨਸ ਹੁੰਦਾ, ਕੋਈ ਸਿਲਾਈ ਕਢਾਈ ਦਾ ਹੋ ਗਿਆ, ਠੀਕ ਹੈ, ਆਪਦੇ ਦਮ ਤੇ ਖੜਾ ਹੋਣਾ ਚਾਹੁੰਦੀਆਂ ਨੇ, ਜਿਹੜੀਆਂ ਐਂਟਰਪ੍ਰੀਨਿਓਰ ਬਣਨਾ ਚਾਹੁੰਦੀਆਂ ਨੇਗੀਆਂ, ਉਹਨਾਂ ਨੂੰ ਸੈਲਫ ਹੈਲਪ ਗਰੁੱਪਸ ਕਹਿੰਦੇ ਨੇਗੇ। ਉਹਨਾਂ ਨੂੰ ਕੋਲੈਟਰਲ ਫ੍ਰੀ ਲੋਨ ਦਿੱਤਾ ਜਾਂਦਾ। ਕੋਲੈਟਰਲ ਦਾ ਮਤਲਬ ਪੰਜਾਬੀ 'ਚ ਹੁੰਦਾ ਜੀ ਗਿਰਵੀ ਰੱਖਣਾ। ਆਪਾਂ ਬੈਂਕ ਦੇ ਵਿੱਚ ਕੋਈ ਲੋਨ ਲੈਣ ਜਾਂਦੇ ਹਾਂ ਤਾਂ ਕਈ ਵਾਰ ਆਪਾਂ ਨੂੰ ਕੋਈ ਚੀਜ਼ ਗਿਰਵੀ ਰੱਖਣੀ ਪੈ ਜਾਂਦੀ ਹੈ, ਉਹਨੂੰ ਕੋਲੈਟਰਲ ਕਹਿੰਦੇ ਨੇ। ਸੋ ਉਹ ਕੋਲੈਟਰਲ ਫ੍ਰੀ ਯਾਨੀ ਕਿ ਬਿਨਾਂ ਕੋਲੈਟਰਲ ਰੱਖੇ ਕੋਈ ਚੀਜ਼ ਆਪਾਂ ਲੋਨ ਲੈਣੀ ਹੈ ਉਹਨੂੰ ਕੋਲੈਟਰਲ ਫ੍ਰੀ ਕਹਿ ਦਿੰਦੇ ਹਾਂ। ਤੇ ਪਹਿਲਾਂ ਇਹ 20 ਲੱਖ ਸੀਗਾ, ਇਹ ਅਮਾਊਂਟ ਵਧਾ ਕੇ ਹੁਣ 63 ਲੱਖ ਕਰਤੀ ਇਹਨਾਂ ਸੈਲਫ ਹੈਲਪ ਵੂਮੈਨ ਗਰੁੱਪਸ ਦੇ ਲਈ, ਜੋ ਕਿ 7 ਕਰੋੜ ਹਾਊਸ ਹੋਲਡਰ ਨੂੰ ਫਾਇਦਾ ਪਹੁੰਚਾਊਗਾ। ਤੇ ਇਹ ਸਾਰਾ ਸੀਗਾ ਇਸ ਪੈਕੇਜ ਦੇ ਵਿੱਚ। ਅਗਲੀ ਨਿਊਜ਼ ਆ ਗਈ ਹਾਂਤਾ ਵਾਇਰਸ ਦੇ ਨਾਲ ਰਿਲੇਟਡ, ਜੋ ਕਿ ਚਾਈਨਾ ਦੇ ਯੂਨਾਨ ਪ੍ਰੋਵਿੰਸ ਦੇ ਵਿੱਚ ਇਹਦੇ ਇਸ ਵਾਇਰਸ ਕਰਕੇ ਇੱਕ ਵਿਅਕਤੀ ਦੀ ਜਾਨ ਚਲੀ ਗਈ, ਠੀਕ ਹੈ। ਇਹ ਵਾਇਰਸ ਨਾ ਹੋ ਗਏ, ਸਿੱਧੂ ਮੂਸੇਵਾਲੇ ਦੇ ਗਾਣੇ ਹੋ ਗਏ, ਠਾ ਠਾ ਆ ਰਹੇ ਨੇਗੇ। ਚਲੋ ਦੇਖੋ, ਪਰ ਇਸ ਵਾਇਰਸ ਦੀ ਨਾ ਇੰਨੀ ਜ਼ਿਆਦੇ ਤੁਸੀਂ ਕਹਿ ਲਓ ਫੇਕ ਨਿਊਜ਼ ਫੈਲਾਈ ਜਾ ਰਹੀ ਆ ਵੀ ਇੱਕ ਵਾਇਰਸ ਹੋਰ ਆ ਗਿਆ, ਲੋਕਾਂ ਦੇ ਵਿੱਚ ਥੋੜਾ ਜਿਹਾ ਪੈਨਿਕ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ। ਇਹਨਾਂ ਲੋਕਾਂ ਦੇ ਉੱਪਰ ਤਾਂ ਮੈਡਲ ਜ਼ਰੂਰ ਪੈਣਾ ਚਾਹੀਦਾ ਜਿਹੜੇ ਇਹੋ ਜਿਹੀ ਸਥਿਤੀ ਦੇ ਵਿੱਚ ਵੀ ਮਜ਼ਾਕ ਕਰਨ ਨੂੰ ਨਹੀਂ ਹਟਦੇ, ਠੀਕ ਹੈ, ਸੋਸ਼ਲ ਮੀਡੀਆ ਦਾ ਬਹੁਤ ਹੀ ਜ਼ਿਆਦਾ ਦੁਰਉਪਯੋਗ ਕਰਦੇ ਨੇਗੇ, ਗਲਤ ਫੇਕ ਨਿਊਜ਼ ਫੈਲਾ ਫੈਲਾ ਕੇ। ਜਿਵੇਂ ਕਿ ਰਸ਼ੀਆ ਦੇ ਵਿੱਚ ਪੁਟਿਨ ਹੋ ਰਹੇ ਨੇ ਸ਼ੇਰ ਛੱਡਤੇ, ਠੀਕ ਹੈ, 850 ਸ਼ੇਰ ਛੱਡਤੇ ਵੀ ਜਿਹੜਾ ਆਊਗਾ ਆਪਦੀ ਜਾਣ ਦਾ ਆਪਣੀ ਵਾਇਰਸ। ਸੋ ਇਹ ਜਿਹੀ ਚੀਜ਼ਾਂ ਤੋਂ ਬਚਣ ਦੇ ਚੰਗਾ ਹੈਗਾ, ਠੀਕ ਹੈ, ਕੋਈ ਪੋਜ਼ਿਟਿਵ ਗੱਲ ਹੀ ਆਪਾਂ ਸਾਰੇ ਇੱਕ ਦੂਜੇ ਤੱਕ ਸ਼ੇਅਰ ਕਰ ਸਕੀਏ, ਠੀਕ ਹੈ। ਸੋ ਇਹ ਉਹਨਾਂ ਲੋਕਾਂ ਦੇ ਉੱਪਰ ਮੈਡਲ ਜ਼ਰੂਰ ਪੈਣਾ ਚਾਹੀਦਾ ਜੋ ਇਹੀਆਂ ਘਟੀਆਂ ਖਬਰਾਂ ਫੈਲਾਉਂਦੇ ਨੇਗੇ। ਸੋ ਇਹ ਵਾਇਰਸ ਬਾਰੇ ਜੇ ਆਪਾਂ ਗੱਲ ਕਰੀਏ, ਇਹਦੇ ਕਰਕੇ ਚਾਈਨਾ ਦੇ ਵਿੱਚ ਇੱਕ ਵਿਅਕਤੀ ਦੀ ਜਾਨ ਚਲੀ ਗਈ। ਹੁਣ ਇਹ ਦੱਸਦਾ ਕੋਰੋਨਾ ਵਾਇਰਸ ਹੋਰ ਚੀਜ਼ ਹੈ, ਹੰਤਾ ਵਾਇਰਸ ਹੋਰ ਚੀਜ਼ ਹੈ, ਇਹ ਡੇਂਜਰਸ ਫਿਲਹਾਲ ਦੀ ਘੜੀ ਆਪਣੇ ਲਈ ਨਹੀਂ ਹੈਗਾ। ਹੁਣ ਇਸ ਵਾਇਰਸ ਬਾਰੇ ਗੱਲ ਕਰੀਏ ਤਾਂ ਦੇਖੋ ਇਹ ਜਿਹੜਾ ਹੰਤਾ ਵਾਇਰਸ ਹੈਗਾ, ਇਹ ਵਾਇਰਸ ਜਿਹੜੀ ਇੱਕ ਫੈਮਿਲੀ ਹੈਗੀ, ਹੰਤਾ ਵਾਇਰਸ ਦੀ ਫੈਮਿਲੀ ਆ, ਉਹਨਾਂ ਦੇ ਵਿੱਚੋਂ ਇੱਕ ਇੱਕ ਵਾਇਰਸ ਹੈਗਾ ਜੋ ਕਿ ਮੇਨਲੀ ਜਿਹੜੇ ਰੋਡੈਂਟਸ ਨੇਗੇ ਜਿਵੇਂ ਕਿ ਚੂਹੇ ਹੋ ਗਏ, ਇਹਨਾਂ ਤੋਂ ਫੈਲਦਾ ਹੈਗਾ। ਕਿਵੇਂ ਫੈਲਦਾ? ਇਹਨਾਂ ਦਾ ਜਿਹੜਾ ਇਹਨਾਂ ਦੇ ਫੀਕਸ ਹੋ ਗਿਆ, ਠੀਕ ਹੈ, ਇਹਨਾਂ ਦਾ ਜਿਹੜਾ ਮਲ ਵਗੈਰਾ ਹੋ ਗਿਆ, ਕੋਈ ਵੀ ਇਹਨਾਂ ਦੇ ਨੇੜੇ ਜਾਂਦਾ ਹੈਗਾ ਰੋਡੈਂਟਸ ਦੇ ਜੋ ਕਿ ਇਹ ਵਾਇਰਸ ਕੈਰੀ ਕਰਦੇ ਨੇ, ਤਾਂ ਉਹ ਪਰਸਨ ਇਹਨਾਂ ਰੋਡੈਂਟਸ ਤੋਂ ਇਨਫੈਕਟ ਹੋ ਸਕਦਾ ਹੈਗਾ, ਠੀਕ ਹੈ। ਬਟ ਹਿਊਮਨ ਟੂ ਹਿਊਮਨ ਟ੍ਰਾਂਸਮਿਸ਼ਨ ਇਸ ਵਾਇਰਸ ਦੀ ਹਾਲੇ ਤੱਕ ਕਲੀਅਰ ਨਹੀਂ ਹੈਗੀ। ਜਿਹੜਾ ਇਹ ਵਾਇਰਸ ਕਰਕੇ ਕਿਸੇ ਵਿਅਕਤੀ ਦੀ ਚਾਈਨਾ ਦੇ ਵਿੱਚ ਜਾਨ ਗਈ ਹੈਗੀ, ਉਹ ਪੁਰਾਣਾ ਹੈਂਤਾ ਵਾਇਰਸ ਹੈ। ਹੁਣ ਇਹ ਨਹੀਂ ਕਹਿ ਸਕਦੇ ਜੇ ਕੋਈ ਨੋਵਲ ਵਾਇਰਸ ਆ ਗਿਆ ਹੰਤਾ ਵਾਇਰਸ ਜਿਹਨੇ ਆਪਦੇ ਆਪ ਨੂੰ ਮਿਊਟੇਟ ਕਰ ਲਿਆ ਹੋਵੇ, ਉਹ ਭਾਵੇਂ ਹਿਊਮਨ ਟੂ ਹਿਊਮਨ ਟ੍ਰਾਂਸਮਿਟ ਕਰ ਸਕਦਾ ਹੈਗਾ, ਯਾਨੀ ਕਿ ਕਮਿਊਨੀਕੇਬਲ ਹੋ ਸਕਦਾ, ਬਟ ਫਿਲਹਾਲ ਦੀ ਘੜੀ ਜਿਹੜਾ ਹੰਤਾ ਵਾਇਰਸ ਹੈ ਉਹ ਨੋਨ ਕਮਿਊਨੀਕੇਬਲ ਹੈ। ਇਹ ਸਿਰਫ ਤੇ ਸਿਰਫ ਜਿਹੜਾ ਐਨੀਮਲ ਟੂ ਹਿਊਮਨ ਹੀ ਟ੍ਰਾਂਸਮਿਟ ਹੁੰਦਾ ਹੈ। ਸੋ ਇਸ ਵਾਇਰਸ ਤੋਂ ਜੇ ਬਚਣਾ ਸਭ ਤੋਂ ਵਧੀਆ ਤਰੀਕਾ ਜਿਹੜੀ ਰੋਡੈਂਟ ਪਾਪੂਲੇਸ਼ਨ ਹੈ ਉਹਦੇ ਨਜ਼ਦੀਕ ਨਾ ਜਾਇਆ ਜਾਵੇ। ਤੇ ਇਹਦੇ ਸਿੰਪਟਮ ਦੇਖ ਲਓ ਤੁਸੀਂ, ਠੀਕ ਹੈ, ਜਿਵੇਂ ਕਿ ਫੀਵਰ, ਬੁਖਾਰ, ਫਟੀਕ, ਥਕਾਵਟ, ਹੈਡੇਕ, ਸਿਰ ਦੁਖਣਾ, ਠੀਕ ਹੈ, ਚਿਲਸ, ਐਬਡੋਮੀਨਲ ਪ੍ਰੋਬਲਮਸ, ਤੇ ਲੇਟ ਸਿੰਪਟਮ ਦੇ ਵਿੱਚ ਕਫਿੰਗ, ਸਾਹ ਲੈਣ 'ਚ ਦਿੱਕਤ ਆਉਣੀ, ਇਹ ਇਹਦੇ ਸਿੰਪਟਮ ਨੇਗੇ। ਤੇ ਇਹ ਜ਼ਿਆਦਾਤਰ ਜਿਵੇਂ ਰੋਡੈਂਟਸ ਦੇ ਆਪਾਂ ਯੂਰੀਨ, ਇਹਨਾਂ ਦੇ ਫੀਕਸ, ਠੀਕ ਹੈ, ਸਲੈਵਾ, ਇਹਨਾਂ ਚੀਜ਼ਾਂ ਦੇ ਆਪਾਂ ਲਵੇ ਐਕਸਪੋਜ਼ ਹੁੰਦੇ ਹਾਂ ਤਾਂ ਇਹ ਵਾਇਰਸ ਫੈਲਦਾ ਹੈਗਾ। ਅਗਲੀ ਨਿਊਜ਼ ਉੱਪਰ ਚੱਲਦਾ ਉਹ ਹੈ ਜੀ ਸਵੱਛ ਭਾਰਤ ਮਿਸ਼ਨ ਦੇ ਤਹਿਤ ਓਪਨ ਡੈਫੀਕੇਸ਼ਨ ਫ੍ਰੀ ਸਟੇਟਸ ਦੇ ਬਾਰੇ ਆਪਾਂ ਨਿਊਜ਼ ਪੜ੍ਹਨੀ ਹੈ। ਇਹਦਾ 2-3 ਨਵੇਂ ਪ੍ਰੋਟੋਕੋਲ ਜੋ ਕਿ 2024 ਤੱਕ ਆਪਣੇ ਅਚੀਵ ਕਰ ਰਹੇ ਨੇ, ODF ਪਲੱਸ, ODF ਡਬਲ ਪਲੱਸ ਤੇ ਵਾਟਰ ਪਲੱਸ, ਇਹ ਸਟੇਟਸ ਅਚੀਵ ਕਰ ਰਹੇ ਨੇ। ਇਹਨੂੰ ਲੈ ਕੇ ਪਾਰਲੀਮੈਂਟ ਸਟੈਂਡਿੰਗ ਕਮੇਟੀ ਦੀ ਰਿਪੋਰਟ ਆਈ ਹੈ ਤੇ ਕੋਈ ਖਾਸ ਵਧੀਆ ਨਤੀਜੇ ਨਹੀਂ ਆਏ, ਤੁਸੀਂ ਇੱਥੋਂ ਪੜ੍ਹ ਸਕਦੇ ਹੋ। ਇਹ ਇੱਕ ਪਾਸਾ ਹੈਗਾ ਇਸ ਨਿਊਜ਼ ਦਾ। ਇੰਪੋਰਟੈਂਟ ਇਹ ਹੈ ਜਿਹੜੇ ਇਹ ODF ਪਲੱਸ, ODF ਡਬਲ ਪਲੱਸ
ਤੇ ਵਾਟਰ ਪਲੱਸ ਤੇ ਕੀ ਇਨੀਸ਼ੀਏਟਿਵ ਨੇ, ਕੀ ਚੀਜ਼ ਹੈ। ਤਾਂ ਦੇਖੋ ਜਿਹੜੇ ODF ਪਲੱਸ ਤੇ ODF ਡਬਲ ਪਲੱਸ ਨੇ ਇਹ 2018 ਦੇ ਵਿੱਚ ਸਰਕਾਰ ਦੁਆਰਾ ਲਾਂਚ ਕੀਤੇ ਗਏ। ਹੁਣ ਓਪਨ ਡੈਫੀਕੇਸ਼ਨ ਫ੍ਰੀ ਪਲੱਸ ਤੇ ਡਬਲ ਪਲੱਸ ਬਾਰੇ ਸਮਝਣ ਤੋਂ ਪਹਿਲਾਂ ODF ਯਾਨੀ ਕਿ ਓਪਨ ਡੈਫੀਕੇਸ਼ਨ ਫ੍ਰੀ ਬਾਰੇ ਸਮਝਣ ਦੀ ਕੋਸ਼ਿਸ਼ ਕਰਦੇ ਕੀ ਚੀਜ਼ ਹੁੰਦੀ ਹੈ। ਤਾਂ ਦੇਖੋ ਭਾਰਤ ਸਰਕਾਰ ਇਹ ਕਹਿੰਦੀ ਹੈ ਵੀ 2 ਅਕਤੂਬਰ 2019 ਤੱਕ ਪੂਰਾ ਜਿਹੜਾ ਰੂਰਲ ਇੰਡੀਆ ਹੈਗਾ ਉਹ 100% ਓਪਨ ਡੈਫੀਕੇਸ਼ਨ ਫ੍ਰੀ ਹੋ ਚੁੱਕਿਆ ਹੈਗਾ। ਠੀਕ ਹੈ, ਓਪਨ ਡੈਫੀਕੇਸ਼ਨ ਫ੍ਰੀ ਇਹ ਹੁੰਦਾ ਹੈਗਾ ਇੱਕ ਦਿਨ ਦੇ ਵਿੱਚ ਯਾਨੀ ਕਿ 24 ਘੰਟਿਆਂ ਦੇ ਵਿੱਚ ਇੱਕ ਪਿੰਡ ਦਾ, ਫੋਰ ਐਗਜ਼ਾਮਪਲ ਇੱਕ ਪਿੰਡ ਦਾ ਕੋਈ ਵੀ ਬੰਦਾ ਖੁੱਲ੍ਹੇ ਦੇ ਵਿੱਚ, ਠੀਕ ਹੈ, ਸ਼ੌਚ ਕਰਦਾ ਨਾ ਫੜਿਆ ਜਾਵੇ, ਠੀਕ ਹੈ, ਪ੍ਰੋਪਰ ਟੋਇਲਟ ਦੇ ਵਿੱਚ ਜਾ ਕੇ ਉਹ ਟੋਇਲਟ ਦੇ ਵਿੱਚ ਜਾਂਦਾ ਹੈਗਾ, ਖੁੱਲ੍ਹੇ ਦੇ ਵਿੱਚ ਉਹ ਨਾ ਫੜਿਆ ਜਾਵੇ ਤਾਂ ਉਹ ਪਿੰਡ ਨੂੰ ਓਪਨ ਡੈਫੀਕੇਸ਼ਨ ਫ੍ਰੀ ਪਿੰਡ ਮੰਨਿਆ ਜਾਊਗਾ। ਉਹਨੂੰ ਕਹਿੰਦੇ ਨੇ ODF ਸਟੇਟਸ ਉਸ ਪਿੰਡ ਨੂੰ ਦਿੱਤਾ ਜਾਂਦਾ ਹੈਗਾ। ਤੇ ਉਸ ਤੋਂ ਬਾਅਦ ਕਿਸੇ ਪਿੰਡ ਨੂੰ ਜਾਂ ਸ਼ਹਿਰ ਨੂੰ ODF ਸਟੇਟਸ ਮਿਲ ਗਿਆ ਤਾਂ ਇੱਕ ਉਹ ਐਲੀਜੀਬਲ ਹੋ ਜਾਂਦਾ ODF ਪਲੱਸ ਤੇ ODF ਡਬਲ ਪਲੱਸ ਸਟੇਟਸ ਦੇ ਲਈ, ਤੇ ਉਹ ਆਪਦੇ ਆਪ ਨੂੰ ਇਹ ਸਟੇਟਸ ਉਹ ਸਟੇਟ ਡਿਕਲੇਅਰ ਕਰ ਸਕਦੀ ਹੈ। ਸੋ ODF ਸਟੇਟਸ ਦੇਣਾ ਇਹ ਸਟੇਟ ਦੇ ਸਕਦੀ ਇੱਕ ਦੂਜੇ ਨੂੰ, ਠੀਕ, ਮਤਲਬ ਆਪਦੇ ਆਪ ਨੂੰ ਇਹ ਸਟੇਟਸ ਪਿੰਡਾਂ ਨੂੰ ਇਹ ਸਟੇਟ ਹੀ ਦੇ ਸਕਦੀ ਹੈਗੀ। ਤੇ ਹੁਣ ODF ਦੇ ਵਿੱਚ ਕੀ ਹੈ, ODF ਦੇ ਵਿੱਚ ਜਿਹੜਾ ਮੇਨ ਫੋਕਸ ਹੈ ਉਹ ਟੋਇਲਟਸ ਦੇ ਉੱਪਰ ਫੋਕਸ ਕੀਤਾ ਗਿਆ, ਵਿਦ ਵਾਟਰ ਹਾਈਜੀਨ, ਜਿਹੜੀ ਹਾਈਜੀਨ ਹੈਗੀ ਉਹਦੀ ਮੇਨਟੇਨੈਂਸ ਬਾਰੇ ਗੱਲ ਕੀਤੀ ਹੈ। ਤੇ ODF ਜਿਹੜਾ ਡਬਲ ਪਲੱਸ ਹੈ ਇਹਦੇ ਵਿੱਚ ਜਿਹੜਾ ਸਲੱਜ ਤੇ ਸੀਵਰੇਜ ਮੈਨੇਜਮੈਂਟ ਹੈ ਉਹਦੀ ਗੱਲ ਕੀਤੀ ਹੋਈ ਹੈ। ਤੇ ਵਾਟਰ ਪਲੱਸ ਜਿਹੜਾ ਇਨੀਸ਼ੀਏਟਿਵ ਹੈ ਇਹ ਪਿਛਲੇ ਸਾਲ ਅਗਸਤ ਦੇ ਮਹੀਨੇ ਲਾਂਚ ਕੀਤਾ ਗਿਆ ਸੀ, ਅਨਾਊਂਸ ਕੀਤਾ ਗਿਆ ਸੀ। ਇਹਦਾ ਮਕਸਦ ਇਹ ਸੀਗਾ ਵੀ ਜਿਹੜਾ ਟੋਇਲਟ ਦੇ ਵਿੱਚ ਪਾਣੀ ਜਿਹੜਾ ਵੇਸਟ ਹੁੰਦਾ ਹੈਗਾ ਉਹਨੂੰ ਰੀਯੂਜ਼ ਕੀਤਾ ਜਾ ਸਕੇ, ਠੀਕ ਹੈ। ਸੋ ਜਿਹਦੇ ਨਾਲ ਆਪਣਾ ਜਿਹੜਾ ਭਾਰਤ ਦਾ ਜਲ ਸ਼ਕਤੀ ਅਭਿਆਨ ਹੈਗਾ ਉਸ ਚੀਜ਼ ਨੂੰ ਵੀ ਕੰਟਰੀਬਿਊਟ ਕਰੂਗਾ ਇਹ ਵਾਟਰ ਪਲੱਸ। ਇਸ ਚੀਜ਼ ਨੂੰ ਲੈ ਕੇ ਨਾ ਇੱਕ ਮੈਂ ਤੁਹਾਨੂੰ ਇਸ ਟੋਪਿਕ ਤੋਂ ਹਟ ਕੇ ਇੱਕ ਗੱਲ ਦੱਸਣੀ ਚਾਹੁੰਦਾ। ਪਿਛਲੇ ਸਾਲ ਬਿਲ ਐਂਡ ਮੈਲਿੰਡਾ ਗੇਟਸ ਫਾਊਂਡੇਸ਼ਨ ਨੇ ਇੱਕ ਟੋਇਲਟ ਦੀ ਇਨਵੈਂਸ਼ਨ ਕੀਤੀ ਹੈ, ਉਹ ਜਿਹੜਾ ਤੁਸੀਂ ਪਿਕਚਰ ਦੇ ਵਿੱਚ ਦੇਖ ਰਹੇ ਹੋ ਇਸ ਟੋਇਲਟ ਨੂੰ ਕਹਿੰਦੇ ਨੇ ਜੀ ਓਮਨੀ ਪ੍ਰੋਸੈਸ। ਆਪਾਂ ਸਾਰੇ ਆਪਾਂ ਨੂੰ ਪਤਾ ਟੋਇਲਟ ਦੇ ਵਿੱਚ ਪਾਣੀ ਕਾਫੀ ਜ਼ਿਆਦਾ ਵੇਸਟ ਹੁੰਦਾ, ਕਈ ਆਪਾਂ ਜਾਂਦੇ ਹਾਂ ਉੱਥੇ ਫੋਨ ਚਲਾਉਣ ਲੱਗ ਜਾਂਦਾ, ਅੱਧਾ ਅੱਧਾ ਘੰਟਾ ਉੱਠਦੇ ਨੇ ਕਿ ਪਾਣੀ ਦੀ ਵੇਸਟ ਜੇ ਆਪਾਂ ਕਰਦੇ ਹਾਂ ਜ਼ਿਆਦੇ ਆ। ਸੋ ਜਿਹੜਾ ਇਹ ਉਪਰਾਲਾ ਹੈਗਾ ਬਿਲ ਐਂਡ ਮੈਲਿੰਡਾ ਗੇਟਸ ਫਾਊਂਡੇਸ਼ਨ ਦਾ, ਉਹਨਾਂ ਨੇ ਜਿਹੜਾ ਆਹ ਟੋਇਲਟ ਬਣਾਇਆ ਹੈਗਾ ਇਹ ਕੀ ਕਰੂਗਾ, ਜਿਹੜਾ ਪਾਣੀ ਇਸ ਟੋਇਲਟ ਦੇ ਵਿੱਚੋਂ ਵੇਸਟ ਵਾਟਰ ਹੈਗਾ ਉਹਨੂੰ ਇਹ ਰੀਯੂਜ਼ ਕਰ ਸਕਦੇ ਨੇ। ਹਾਂ, ਪੀਣ ਦੇ ਲਈ ਤਾਂ ਨਹੀਂ ਬਣਾ ਸਕਦੇ ਗੇ, ਕਾਫੀ ਹੋਰ ਕੰਮਾਂ ਦੇ ਵਿੱਚ ਵਰਤਿਆ ਜਾ ਸਕਦਾ, ਜਿਵੇਂ ਕਿ ਖੇਤਾਂ ਨੂੰ ਪਾਣੀ ਦੇਣਾ, ਠੀਕ ਹੈ, ਜਾਂ ਹੋਰ ਆਪਣੇ ਘਰ ਦੇ ਵਿੱਚ ਕਿਆਰੀਆਂ ਘਾਹ ਵਗੈਰਾ ਨੂੰ ਪਾਣੀ ਦੇ ਸਕਦੇ ਹਾਂਗੇ, ਤੇ ਹੋਰ ਐਫੀਸ਼ੀਐਂਟਲੀ ਇਹਨੂੰ ਪੀਣ ਦੇ ਲਈ ਵੀ ਵਰਤਿਆ ਜਾ ਸਕਦਾ ਹੈਗਾ ਜੇ ਇਹ ਵੱਡੇ ਪੱਧਰ ਤੇ ਕੰਮ ਚਲਾਇਆ ਜਾਵੇ, ਠੀਕ ਹੈ। ਸੋ ਇਹ ਬਹੁਤ ਹੀ ਵਧੀਆ ਨੇਕ ਉਪਰਾਲਾ ਸੀਗਾ ਬਿਲ ਐਂਡ ਮੈਲਿੰਡਾ ਗੇਟਸ ਫਾਊਂਡੇਸ਼ਨ ਦਾ। ਅਗਲੀ ਨਿਊਜ਼ ਆ ਗਈ ਮਿਨੀਮਮ ਸਪੋਰਟ ਪ੍ਰਾਈਜ਼ ਮਾਈਨਰ ਫੋਰੈਸਟ ਪ੍ਰੋਡਿਊਸ ਦੇ ਲਈ ਦੇਣ ਦੇ ਲਈ, ਜਿਹੜੇ ਇਹ ਆਪਣੇ ਟ੍ਰਾਈਬਲ ਪਾਪੂਲੇਸ਼ਨ ਹੈ ਇਹਨਾਂ ਨੂੰ ਥੋੜ੍ਹੀ ਜਿਹੀ ਰਾਹਤ ਮਿਲਣ ਵਾਲੀ ਹੈਗੀ ਇਸ ਕੋਵਿਡ ਆਊਟਬ੍ਰੇਕ ਦੇ ਕਰਕੇ, ਤਾਂ ਕਿ ਇਹਨਾਂ ਦਾ ਜਿਹੜਾ ਮਾਈਨਰ ਫੋਰੈਸਟ ਪ੍ਰੋਡਿਊਸ ਹੈਗਾ ਉਹਨਾਂ ਦਾ ਜਿਹੜਾ ਫੋਰੈਸਟ ਪ੍ਰੋਡਿਊਸ ਹੈ ਉਹ MSP ਰੇਟਾਂ ਦੇ ਉੱਪਰ ਉਹਨਾਂ ਦਾ ਵਿਕ ਸਕੇ, ਠੀਕ ਹੈ। ਸੋ ਕੀ ਚੀਜ਼ ਹੈ ਇਹ, ਤਾਂ ਦੇਖੋ 2013 ਵਿੱਚ ਸੈਂਟਰ ਸਰਕਾਰ ਦੁਆਰਾ ਇੱਕ ਸੈਂਟਰਲੀ ਸਪੋਂਸਰਡ ਸਕੀਮ ਲਾਂਚ ਕੀਤੀ ਗਈ ਸੀ, ਯਾਨੀ ਕਿ ਇਹ ਸਕੀਮ ਦੇ ਵਿੱਚ 60% ਪੈਸਾ ਲਾ ਲਓ ਤੁਸੀਂ, 60-70% ਪੈਸਾ ਸੈਂਟਰ ਸਰਕਾਰ ਦੁਆਰਾ ਤੇ ਬਾਕੀ ਪੈਸਾ ਸਟੇਟਾਂ ਦੁਆਰਾ ਇਸ ਸਕੀਮ ਦੇ ਵਿੱਚ ਦਿੱਤਾ ਜਾਣਾ ਸੀ। ਕਾਹਦੇ ਵਾਸਤੇ, ਜਿਹੜੇ ਆਪਣੇ ਸ਼ਡਿਊਲਡ ਟ੍ਰਾਈਬ ਲੋਕ ਨੇ, ਖਾਸ ਕਰ ਜਿਹੜੇ ਲੈਫਟ ਵਿੰਗ ਐਕਸਟ੍ਰੀਮਿਸਟ ਏਰੀਆ ਦੇ ਵਿੱਚ ਰਹਿੰਦੇ ਨੇਗੇ, ਜਿਨ੍ਹਾਂ ਦੇ ਜੀਵਨ ਇਹ ਮਾਈਨਰ ਫੋਰੈਸਟ ਪ੍ਰੋਡਿਊਸ ਦੇ ਉੱਪਰ ਹੀ ਡਿਪੈਂਡ ਹੈ, ਉਹ ਮਾਈਨਰ ਫੋਰੈਸਟ ਪ੍ਰੋਡਿਊਸ ਨੂੰ ਸਰਕਾਰ MSP ਰੇਟਾਂ ਦੇ ਉੱਪਰ ਖਰੀਦ ਸਕੇ, ਤਾਂ ਕਿ ਉਹਨਾਂ ਦਾ ਵੀ ਸਮਾਨ ਵਿਕ ਸਕੇ ਤੇ ਪ੍ਰੋਪਰ ਵੈਲਿਊ ਚੇਨ ਦੇ ਥਰੂ ਉਹਨਾਂ ਦੀ ਜਿਹੜੀ ਮਾਰਕੀਟ ਹੈ ਉਹ ਵੀ ਡਿਵੈਲਪ ਹੋ ਸਕੇ। ਇਸ ਸਕੀਮ ਦੇ ਕੀ ਫੀਚਰ ਬਾਰੇ ਪੜ੍ਹਦੇ ਹਾਂ, ਤਾਂ ਟ੍ਰਾਈਬਲ ਪਾਪੂਲੇਸ਼ਨ ਹੈਗੀ ਜਿਹੜੀ ਉਹਨਾਂ ਨੂੰ ਘੱਟੋ ਘੱਟ ਮਿਨੀਮਮ ਇੱਕ ਪ੍ਰਾਈਸ ਹੋਵੇ ਜਿੱਥੇ ਉਹ ਆਪਦਾ ਫੋਰੈਸਟ ਪ੍ਰੋਡਿਊਸ ਵੇਚ ਸਕਣ, ਠੀਕ ਹੈ, ਤਾਂ ਕਿ ਉਹਨਾਂ ਨੂੰ ਵੀ ਨੁਕਸਾਨ ਨਾ ਹੋਵੇ। ਹੁਣ ਮਾਈਨਰ ਫੋਰੈਸਟ ਪ੍ਰੋਡਿਊਸ ਦੇ ਵਿੱਚ ਆਉਂਦਾ ਕੀ ਹੈ, ਕੋਈ ਵੀ ਚੀਜ਼ ਦੇਖੇ ਜਿਵੇਂ ਕਿ ਬੈਂਬੂ ਹੋ ਗਿਆ, ਲੇਟੈਕਸ ਹੋ ਗਈ, ਵੈਕਸ ਹੋ ਗਈ, ਰਬੜ ਹੋ ਗਈ, ਮੈਡੀਸੀਨਲ ਹਰਬਸ ਹੋ ਗਈਆਂ ਜਿਹੜੇ ਕਿ ਇਹਨਾਂ ਟ੍ਰਾਈਬਲ ਏਰੀਆ ਦੇ ਵਿੱਚ ਉੱਗਦੀਆਂ ਨੇਗੀਆਂ, ਉਹ ਸਾਰਾ ਚੀਜ਼ਾਂ ਇਸ ਚੀਜ਼ ਦੇ ਵਿੱਚ ਇੰਕਲੂਡ ਕੀਤੀ ਜਾਂਦੇ ਨੇ, ਤਾਂ ਕਿ ਘੱਟੋ ਘੱਟ ਇੰਨਾ ਪ੍ਰਾਈਸ ਆ, ਫੋਰ ਐਗਜ਼ਾਮਪਲ 1,000 ਰੁਪਏ ਪ੍ਰਤੀ ਕੁਇੰਟਲ ਇੱਕ ਚੀਜ਼ ਦਾ ਪ੍ਰਾਈਸ ਹੈ, ਉਹ ਤੋਂ ਘੱਟ ਸਰਕਾਰ ਮਤਲਬ ਵਿਕ ਹੀ ਨਾ ਸਕੇ, ਇੰਨੇ ਰੇਟ ਤੇ ਤਾਂ ਸਰਕਾਰ ਉਹ ਚੀਜ਼ ਉਸ ਕਿਸਾਨ ਦੀ ਉਸ ਬੰਦੇ ਦੀ ਲਊਗੀ ਹੀ ਲਊਗੀ, ਉਹਨੂੰ MSP ਕਹਿੰਦੇ ਨੇ। ਸੋ ਪਹਿਲਾਂ ਇਹ 8 ਸਟੇਟਾਂ ਦੇ ਵਿੱਚ ਐਕਸਟੈਂਡ ਸੀਗੀ ਸਕੀਮ, ਠੀਕ ਹੈ, 12 ਮਾਈਨਰ ਫੋਰੈਸਟ ਪ੍ਰੋਡਿਊਸ ਇਹਦੇ ਵਿੱਚ ਕਵਰ ਕੀਤੇ ਜਾਂਦੇ ਸੀ, ਬਟ ਹੁਣ ਇਹਦੇ ਵਿੱਚ 49 ਆਈਟਮ ਇਸ ਲਿਸਟ ਦੇ ਵਿੱਚ ਇੰਕਲੂਡ ਕੀਤੀਆਂ ਜਾਣਗੀਆਂ, ਤੇ ਇੰਪਲੀਮੈਂਟ ਇਹਨਾਂ ਨੂੰ ਸਟੇਟ ਸਰਕਾਰਾਂ ਦੁਆਰਾ ਜਿਹੜੀ ਡੈਜੀਗਨੇਟਿਡ ਏਜੰਸੀਜ਼ ਹੋਣਗੀਆਂ ਉਹ ਕਰਨਗੀਆਂ, ਤੇ ਨੋਡਲ ਮਿਨਿਸਟਰੀ ਇਹਦੀ ਜਿਹੜੀ ਹੈਗੀ ਹੈ ਉਹ ਹੋਗੀ ਜੀ ਮਿਨਿਸਟਰੀ ਆਫ ਟ੍ਰਾਈਬਲ ਅਫੇਅਰ ਇਹਦੀ ਇੰਪਲੀਮੈਂਟੇਸ਼ਨ ਦੇ ਲਈ। ਸਿਗਨੀਫਿਕੈਂਸ ਇਹਦੀ ਮੈਂ ਤੁਹਾਨੂੰ ਦੱਸ ਹੀ ਚੁੱਕਿਆ, ਜਿਹੜੇ ਆਪਣੇ ਟ੍ਰਾਈਬਲ ਏਰੀਆਜ਼ ਨੇਗੇ ਉੱਥੇ ਜਿਹੜੇ ਲੋਕ ਰਹਿੰਦੇ ਨੇ ਉਹਨਾਂ ਦੀ ਲਾਈਫ ਦਾ ਬਹੁਤ ਹੀ ਵੱਡਾ ਇਹ ਹਿੱਸਾ ਹੈਗਾ ਜਿਹੜਾ ਇਹ ਮਾਈਨਰ ਫੋਰੈਸਟ ਪ੍ਰੋਡਿਊਸ ਹੈ। ਇਹਨਾਂ ਲੋਕਾਂ ਦੇ ਰਹਿਣ ਦੇ ਲਈ, ਇਹਨਾਂ ਨੂੰ ਭੋਜਨ ਦਿੰਦਾ, ਇਹ ਸ਼ੈਲਟਰ ਦਿੰਦਾ, ਮੈਡੀਸਿਨ ਦਿੰਦਾ, ਕੈਸ਼ ਇਨਕਮ ਦਾ ਜ਼ਰੀਆ ਇਹਨਾਂ ਦੇ ਲਈ। ਸੋ ਪਹਿਲਾਂ ਕਹਿੰਦਾ ਸੀ
ਇਹਨਾਂ ਏਰੀਆਜ਼ ਦੇ ਵਿੱਚ ਸਰਕਾਰ ਦੀ ਪ੍ਰੋਪਰ ਐਕਸੈਸਿਬਿਲਿਟੀ ਨਹੀਂ ਸੀ, ਜਿਹਦੇ ਕਰਕੇ ਇਹ ਲੋਕ MSP ਦੇ ਲਈ ਬਾਰਗੇਨ ਨਹੀਂ ਕਰ ਸਕਦੇ ਸੀ। ਬਟ ਹੁਣ ਤੇ ਉਦੋਂ ਸਰਕਾਰਾਂ ਦੁਆਰਾ ਇੰਨੀ ਚਿੰਤਾ ਵੀ ਨਹੀਂ ਕਰੀ ਜਾਂਦੀ ਸੀ, ਬਟ ਹੁਣ ਇੱਕ ਪ੍ਰੋਪਰ ਆਰਗੇਨਾਈਜ਼ ਸਟਰਕਚਰ ਦੇ ਥਰੂ, ਠੀਕ ਹੈ, ਇੱਕ ਪ੍ਰੋਪਰ ਵੈਲਿਊ ਚੇਨ ਬਣਾ ਕੇ ਇਹਨਾਂ ਜਿਹੜਾ ਮਾਈਨਰ ਫੋਰੈਸਟ ਪ੍ਰੋਡਿਊਸ ਹੈ ਉਹਨਾਂ ਦੇ ਲਈ ਵੀ MSP ਦਿੱਤਾ ਜਾਵੇ, ਉਹਦੇ ਲਈ ਇਹ ਉਪਰਾਲੇ ਕੀਤੇ ਹਨ ਤੇ ਬਹੁਤ ਹੀ ਵਧੀਆ ਸਿਗਨੀਫਿਕੈਂਸ ਹੈ ਇਹਨਾਂ ਲੋਕਾਂ ਦੇ। ਅਗਲੀ ਨਿਊਜ਼ ਆ ਗਈ MPLAD ਜਿਹੜਾ ਫੰਡ ਹੁੰਦਾ, ਮੈਂਬਰ ਆਫ ਪਾਰਲੀਮੈਂਟ ਲੋਕਲ ਏਰੀਆ ਫੰਡ ਸਕੀਮ, ਇਹਦੇ ਨਾਲ ਰਿਲੇਟਡ ਹੈਗੀ ਕੋਰੋਨਾ ਵਾਇਰਸ ਕਰਕੇ ਹੀ ਨਿਊਜ਼ ਆ, ਤੁਸੀਂ ਪੜ੍ਹ ਸਕਦੇ ਹੋ ਕਿ ਖਾਸ ਮਤਲਬ ਇਹ ਫੰਡ ਛੇਤੀ ਛੇਤੀ ਰਿਲੀਜ਼ ਕੀਤੇ ਹਨ ਤਾਂ ਕਿ ਜਿਹੜੇ ਇਹ ਪੈਸਾ ਜਿਹੜੇ MP ਨੇਗੇ ਉਹ ਸਰਕਾਰੀ ਹਸਪਤਾਲ ਡਿਸਪੈਂਸਰੀਜ਼ ਇਹਨਾਂ ਦੇ ਵਿੱਚ ਜਿਹੜਾ ਮੈਡੀਕਲ ਇਕਵਿਪਮੈਂਟ ਹੈ ਉਹਦੇ ਪਰਚੇਜ਼ ਕਰਨ ਦੇ ਵਿੱਚ ਵਰਤ ਸਕਣ, ਤੇ ਇਸ ਤੋਂ ਇਲਾਵਾ ਮੈਡੀਕਲ ਪੇਸ਼ੈਂਟ ਜਿਹੜੇ ਪੇਸ਼ੈਂਟ ਇਹਨਾਂ ਦੀ ਟੈਸਟਿੰਗ ਤੇ ਸਕਰੀਨਿੰਗ ਦੇ ਲਈ ਇਹ ਪੈਸਾ ਵਰਤਿਆ ਜਾ ਸਕੇ। ਇਸ ਸਕੀਮ ਬਾਰੇ ਆਪਾਂ ਪੜ੍ਹਦੇ ਹਾਂ, ਬਹੁਤ ਹੀ ਇੰਪੋਰਟੈਂਟ ਹੈ ਇਹ ਪੇਪਰ ਪੁਆਇੰਟ ਆਫ ਵਿਊ ਦੇ ਲਈ, ਤਾਂ ਇਹਨੂੰ ਦਸੰਬਰ 1993 ਦੇ ਵਿੱਚ ਅਨਾਊਂਸ ਕੀਤਾ ਗਿਆ ਸੀ ਇਸ ਸਕੀਮ ਨੂੰ। ਇਹ ਇੱਕ ਸੈਂਟਰ ਸੈਕਟਰ ਸਕੀਮ ਹੈ, ਯਾਨੀ ਕਿ ਇਸ ਸਕੀਮ ਦੇ ਵਿੱਚ 100% ਪੈਸਾ ਸੈਂਟਰ ਸਰਕਾਰ ਦੁਆਰਾ ਦਿੱਤਾ ਜਾਂਦਾ ਕਿ ਇਹਨੂੰ ਮੈਂਬਰ ਆਫ ਪਾਰਲੀਮੈਂਟ। ਸ਼ੁਰੂਆਤੀ ਦੌਰ ਦੇ ਵਿੱਚ ਇਹ ਸਕੀਮ ਇਹਦੇ ਅੰਡਰ ਸੀਗੀ ਮਿਨਿਸਟਰੀ ਆਫ ਰੂਰਲ ਡਿਵੈਲਪਮੈਂਟ ਦੇ ਅੰਦਰ, ਬਟ ਬਾਅਦ ਦੇ ਵਿੱਚ ਅਗਲੇ ਸਾਲ ਹੀ 1994 ਦੇ ਵਿੱਚ ਇਹ ਸਕੀਮ ਹੁਣ ਆਉਂਦੀ ਹੈ ਜੀ ਮਿਨਿਸਟਰੀ ਆਫ ਸਟੈਟਿਸਟਿਕਸ ਐਂਡ ਪ੍ਰੋਗਰਾਮਿੰਗ ਇੰਪਲੀਮੈਂਟੇਸ਼ਨ, ਯਾਨੀ ਕਿ ਮੌਸਪੀ ਮਿਨਿਸਟਰੀ ਦੇ ਅੰਡਰ। ਹੁਣ ਇਸ ਮਿਨਿਸਟਰੀ ਦਾ ਜਿਹੜਾ ਮਿਨਿਸਟਰ ਹੈਗਾ ਕੌਣ ਹੈ, ਕਮੈਂਟ ਬਾਅਦ ਵਿੱਚ ਦੱਸ ਸਕਦੇ। ਓਬਜੈਕਟਿਵ ਕੀ ਹੈ ਸਕੀਮ ਦਾ? ਤਾਂ ਦੇਖੋ, ਜਦੋਂ ਇਹ ਸਕੀਮ ਲਿਆਂਦੀ ਗਈ ਸੀ ਤਾਂ ਉਦੋਂ ਸਰਕਾਰ ਸੋਚੇ ਵੀ ਜਿਹੜੇ ਇਹ MP ਲੋਕ ਸਭਾ ਰਾਜ ਸਭਾ ਦੇ ਵਿੱਚ ਬੈਠੇ ਨੇ, ਇੱਥੇ ਬਹਿ ਕੇ ਕਿਹੜਾ ਇਹ ਮੱਕੀ ਗੁੱਡਦੇ ਨੇ, ਇਹਨਾਂ ਤੋਂ ਕੰਮ ਕਰਵਾਇਆ ਜਾਵੇ, ਇਹਨਾਂ ਨੂੰ ਪੈਸੇ ਦਿੱਤੇ ਜਾਣ ਤਾਂ ਕਿ ਆਪਦੀ ਕਮਿਊਨਿਟੀ ਦੀ ਬੈਟਰਮੈਂਟ ਦੇ ਲਈ ਇਹ ਕੰਮ ਕਰ ਸਕਣ। ਸੋ ਇਸ ਸਕੀਮ ਦੇ ਵਿੱਚ 5 ਕਰੋੜ ਮੈਂਬਰ ਆਫ ਪਾਰਲੀਮੈਂਟ ਨੂੰ ਦਿੱਤਾ ਜਾਂਦਾ ਤਾਂ ਕਿ ਉਹ ਪੈਸਾ ਜਿਹੜੇ MP ਨੇਗੇ ਉਹ ਆਪਦੇ ਹਲਕੇ ਆਪਦੀ ਕੰਸਟੀਟਿਊਐਂਸੀ ਦੇ ਵਿੱਚ ਵਰਤ ਸਕਣ ਡਿਵੈਲਪਮੈਂਟ ਕੰਮ ਦੇ ਵਿੱਚ, ਜਿਵੇਂ ਕਿ ਪਾਣੀ ਨੂੰ ਲੈ ਕੇ ਡਰਿੰਕਿੰਗ ਵਾਟਰ ਫੈਸਿਲਿਟੀਜ਼ ਉਹ ਲਗਾ ਸਕਦੇ ਨੇਗੇ, ਸਰਕਾਰੀ ਸਕੂਲਾਂ ਦਾ ਇਨਫਰਾਸਟ੍ਰਕਚਰ ਖੜਾ ਕਰ ਸਕਦੇ ਨੇਗੇ, ਸ਼ੈੱਡ ਵਗੈਰਾ ਪਾ ਸਕਦੇ ਨੇ, ਠੀਕ ਹੈ, ਸੜਕਾਂ ਦੇ ਉੱਪਰ ਲਾਈਟਿੰਗ ਸਟਰੀਟ ਲਾਈਟਾਂ ਦਾ ਕੰਮ ਕਰਵਾ ਸਕਦੇ ਨੇ, ਖੁਦ ਸੜਕਾਂ ਬਣਵਾ ਸਕਦੇ ਨੇਗੇ, ਐਜੂਕੇਸ਼ਨ ਦੇ ਵਿੱਚ ਇਨਵੈਸਟ ਕਰ ਸਕਦੇ ਨੇ, ਇਹ ਸਾਰਾ ਪੈਸਾ MP। ਸੋ ਹਰੇਕ ਸਾਲ 5 ਕਰੋੜ ਰੁਪਇਆ ਇੱਕ MP ਨੂੰ ਸਰਕਾਰ ਦੁਆਰਾ ਦਿੱਤਾ ਜਾਂਦਾ ਇਸ ਸਕੀਮ ਦੇ ਤਹਿਤ। ਹੁਣ ਤੁਸੀਂ ਸਮਝ ਗਏ MPLAD ਸਕੀਮ ਹੈਗੀ ਕੀ ਹੈ। ਤੇ ਉਸ ਤੋਂ ਇਲਾਵਾ ਹੁਣ ਜਿਹੜੇ ਇਹ ਇੰਪੋਰਟੈਂਟ ਗੱਲ ਜਿਹੜੀ ਆ ਰੈੱਡ ਦੇ ਵਿੱਚ ਹਾਈਲਾਈਟ ਕੀਤੀ ਹੈ, ਬਹੁਤ ਇੰਪੋਰਟੈਂਟ ਲਾਈਨ ਹੈ ਕਿ ਇਹ ਪੇਪਰ ਦੇ ਵਿੱਚ ਕੁਐਸਚਨ ਪੁੱਛਿਆ ਜਾਂਦਾ, ਜਿਹੜਾ ਤਾਂ ਲੋਕ ਸਭਾ ਦਾ MP ਹੈਗਾ ਉਹ ਤਾਂ ਉਸੇ ਕੰਸਟੀਟਿਊਐਂਸੀ ਦੇ ਵਿੱਚ ਉਹ ਪੈਸਾ ਲਗਾ ਸਕਦਾ ਜਿਹੜੀ ਵਿੱਚੋਂ ਉਹ ਚੁਣਿਆ ਹੋਵੇ, ਜਿਵੇਂ ਕਿ ਕੋਈ ਭਗਵੰਤ ਮਾਨ ਸੰਗਰੂਰ ਜ਼ਿਲ੍ਹੇ ਦੇ ਵਿੱਚੋਂ ਚੁਣਿਆ ਗਿਆ ਲੋਕ ਸਭਾ ਦਾ MP, ਤਾਂ ਉਹ ਪੈਸਾ ਭਗਵੰਤ ਮਾਨ ਜਿਹੜਾ ਉਹਨੂੰ MPLAD ਸਕੀਮ ਦੇ ਥਰੂ ਮਿਲੂਗਾ ਹਰ ਸਾਲ, ਉਹ ਸਿਰਫ ਤੇ ਸਿਰਫ ਸੰਗਰੂਰ ਜ਼ਿਲ੍ਹੇ ਦੇ ਵਿੱਚ ਹੀ ਉਹ ਪੈਸਾ ਲਗਾ ਸਕਦਾ ਹੈਗਾ, ਜਾਂ ਜਿਹੜੇ ਸੰਗਰੂਰ ਜ਼ਿਲ੍ਹੇ ਦੇ ਦਾਇਰੇ ਦੇ ਵਿੱਚ ਪਿੰਡ ਆਉਂਦੇ ਨੇ ਉੱਥੇ। ਫਿਰ ਹੈ ਜੇ ਕੋਈ MP ਰਾਜ ਸਭਾ ਦੇ ਵਿੱਚ ਚੁਣਿਆ ਗਿਆ ਹੋਵੇ ਉਹ ਪੈਸਾ ਉਸ ਸਟੇਟ ਦੇ ਵਿੱਚ ਕਿਤੇ ਵੀ ਲਗਾ ਸਕਦਾ ਹੈਗਾ, ਜਿਵੇਂ ਕਿ ਪੰਜਾਬ ਦੇ ਵਿੱਚ ਕੋਈ MP ਰਾਜ ਸਭਾ ਦੇ ਵਿੱਚ ਚੁਣਿਆ ਜਾਵੇ ਤਾਂ ਉਹ ਰਾਜ ਸਭਾ ਦੀ ਜਿਹੜੀ ਉਸ ਸਟੇਟ ਜਿਹੜੀ ਤੋਂ ਚੁਣਿਆ ਜਾਵੇ ਉਸ ਸਟੇਟ ਦੇ ਕਿਸੇ ਵੀ ਹਲਕੇ ਦੇ ਵਿੱਚ ਉਹ ਪੈਸਾ ਲਗਾ ਸਕਦਾ, ਯਾਨੀ ਕਿ ਭਗਵੰਤ ਮਾਨ ਜੇ ਰਾਜ ਸਭਾ ਦੇ ਵਿੱਚ ਚੁਣਿਆ ਜਾਂਦਾ ਤਾਂ ਉਹ ਜ਼ਰੂਰੀ ਨਹੀਂ ਵੀ ਸੰਗਰੂਰ ਦੇ ਵਿੱਚ ਪੈਸਾ ਲਗਾਵੇ, ਉਹ ਬਠਿੰਡੇ ਵੀ ਪੈਸਾ ਲਗਾ ਸਕਦਾ ਹੈਗਾ MPLAD ਸਕੀਮ ਦੇ ਤਹਿਤ, ਫਾਜ਼ਿਲਕੇ, ਅਬੋਹਰ, ਕਿਤੇ ਵੀ, ਅੰਮ੍ਰਿਤਸਰ, ਕਿਤੇ ਵੀ ਪੈਸਾ ਲਗਾ ਸਕਦਾ ਸੀ। ਹੁਣ ਇੰਪੋਰਟੈਂਟ ਗੱਲ ਇੱਕ ਹੋਰ ਹੈ, ਜਿਹੜੇ ਵੀ ਨੋਮੀਨੇਟਡ ਮੈਂਬਰ ਨੇ ਲੋਕ ਸਭਾ ਤੇ ਰਾਜ ਸਭਾ ਦੇ ਉਹ ਪੂਰੇ ਦੇਸ਼ ਦੇ ਵਿੱਚ ਕਿਤੇ ਵੀ ਇਹ ਪੈਸਾ ਯੂਟੀਲਾਈਜ਼ ਕਰ ਸਕਦੇ ਨੇਗੇ। ਇਹ 3 ਲਾਈਨਾਂ ਜਿਹੜੀਆਂ ਮੈਂ ਬੋਲੀਆਂ ਨੇ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਨੇ ਐਗਜ਼ਾਮ ਪੁਆਇੰਟ ਆਫ ਵਿਊ ਦੇ ਲਈ, ਤੇ ਸਪੈਸ਼ਲ ਫੋਕਸ ਇਹਦੇ ਵਿੱਚ ਇਹ ਕੀਤਾ ਹੁੰਦਾ MPs ਦੁਆਰਾ ਵੀ 15% ਜਿਹੜਾ MPLAD ਦਾ ਫੰਡ ਹੈਗਾ ਉਹ ਅਸੀਂ ਸ਼ਡਿਊਲ ਕਾਸਟ ਪਾਪੂਲੇਸ਼ਨ ਦੇ ਭਲਾਈ ਦੇ ਲਈ ਲਗਾਈ ਸਕੀਏ, ਤੇ 7.5% ਪੈਸਾ ਸ਼ਡਿਊਲ ਟ੍ਰਾਈਬ ਦੀ ਪਾਪੂਲੇਸ਼ਨ ਦੇ ਵਿੱਚ ਲਗਾ ਸਕੀਏ। ਇਹਦੇ ਵਿੱਚ ਜਿਹੜੇ MP ਨੇ ਉਹ ਪੈਸਾ ਡਿਸਟ੍ਰਿਕਟ ਅਥਾਰਟੀਜ਼ ਨੂੰ ਗ੍ਰਾਂਟਸ ਇਨ ਏਡ ਦੀ ਫੋਰਮ ਦੇ ਵਿੱਚ ਡਾਇਰੈਕਟਲੀ ਦਿੰਦੇ ਨੇ ਤਾਂ ਕਿ ਉਹ ਅੱਗੇ ਇਹ ਪੈਸਾ ਯੂਟੀਲਾਈਜ਼ ਕਰ ਸਕਣ। ਤੇ ਇੰਪੋਰਟੈਂਟ ਗੱਲ ਇਹ ਹੈ ਇਹ ਫੰਡ ਨੋਨ ਲੈਪਸੇਬਲ ਹੁੰਦੇ ਨੇ। ਨੋਨ ਲੈਪਸੇਬਲ ਤੇ ਲੈਪਸੇਬਲ ਇਸ ਚੀਜ਼ ਸਮਝੋ ਕੀ ਹੁੰਦੀ ਹੈ, ਤਾਂ ਦੇਖੋ ਫਰਜ਼ ਕਰੋ ਇੱਕ ਗ੍ਰਾਂਟ ਆਈ ਹੈ ਸਰਕਾਰ ਦੁਆਰਾ, ਉਹ ਗ੍ਰਾਂਟ ਦਾ ਪੈਸਾ 1 ਸਾਲ ਦੇ ਵਿੱਚ ਹੀ ਵਰਤਣਾ ਹੈਗਾ, ਯਾਨੀ ਕਿ ਜੇ 1 ਸਾਲ ਤੋਂ ਉਹ 1 ਸਾਲ ਉਹ ਪੈਸਾ ਵਰਤਿਆ ਨਹੀਂ ਗਿਆ, ਠੀਕ ਹੈ, ਕਿਸੇ ਵੀ ਕੰਮ ਨਾ ਆਇਆ ਤਾਂ ਉਹ ਫੰਡ ਉੱਥੇ ਹੀ ਲੈਪਸ ਕਰ ਜੂਗਾ, ਉਹ ਪੈਸਾ ਵਾਪਿਸ ਸਰਕਾਰ ਕੋਲ ਚਲਾ ਜਾਊਗਾ, ਉਹ ਤਾਂ ਹੋ ਗਈ ਚੀਜ਼ ਲੈਪਸੇਬਲ। ਵੇਅਰ ਐਜ ਫਰਜ਼ ਕਰੋ MPLAD ਸਕੀਮ ਦੇ ਤਹਿਤ ਕੋਈ ਪੈਸਾ 5 ਕਰੋੜ ਹਰੇਕ ਸਾਲ ਇੱਕ MP ਨੂੰ ਮਿਲਦਾ, ਤਾਂ ਫਰਜ਼ ਕਰੋ 1 ਸਾਲ MP ਨੇ ਪੈਸਾ ਕਿਤੇ ਵੀ ਨਹੀਂ ਲਗਾਇਆ, ਤਾਂ ਇਹਦਾ ਮਤਲਬ ਇਹ ਨਹੀਂ ਹੈਗਾ ਉਹ 5 ਕਰੋੜ ਵਾਪਿਸ ਸਰਕਾਰ ਕੋਲ ਚਲਾ ਜਾਊਗਾ, ਉਹ ਪੈਸਾ ਅਗਲੇ ਸਾਲ ਦਾ ਜਿਹੜਾ MPLAD ਫੰਡ ਹੈਗਾ ਉਹਦੇ ਵਿੱਚ ਐਡ ਹੋ ਜਾਊਗਾ, ਯਾਨੀ ਕਿ ਦੂਸਰੇ ਸਾਲ ਉਹ 10 ਕਰੋੜ ਬਣ ਜਾਊਗਾ, ਠੀਕ ਹੈ। ਸੋ ਸਮਝ ਗਏ ਇਹ ਨੋਨ ਲੈਪਸੇਬਲ ਫੰਡ ਹੈ, ਜੇ 1 ਸਾਲ ਉਹ ਪੈਸਾ ਯੂਟੀਲਾਈਜ਼ ਨਹੀਂ ਹੋਇਆ ਤਾਂ ਅਗਲੇ ਸਾਲ ਕਰ ਸਕਦਾ ਹੈਗਾ ਉਹ MP। ਸੋ ਬਹੁਤ ਇੰਪੋਰਟੈਂਟ ਗੱਲ ਹੈਗੀ ਇਸ ਫੰਡ ਨੂੰ ਲੈ ਕੇ। ਹੁਣ ਇਹਦਾ ਕ੍ਰਿਟੀਸਿਜ਼ਮ ਵੀ ਕਾਫੀ ਹੁੰਦਾ MPLAD ਸਕੀਮ ਦਾ, ਉਹ ਹਲੇ ਆਪਾਂ ਨੂੰ ਫਿਲਹਾਲ ਡਿਸਕਸ ਕਰਨ ਦੀ ਲੋੜ ਨਹੀਂ, ਉਹ ਮੇਨਸ ਪੁਆਇੰਟ ਆਫ ਵਿਊ ਦੇ ਲਈ ਇੰਪੋਰਟੈਂਟ ਬਣਦਾ ਹੈਗਾ। ਤੇ ਲਾਸਟ ਨਿਊਜ਼ ਆ ਗਿਆ ਜੀ ਸੇਫ ਹੈਂਡਸ ਚੈਲੰਜ
ਕੀ ਚੀਜ਼ ਹੈ ਇਹ ਕੈਂਪੇਨ ਹੈਗਾ ਵਰਲਡ ਹੈਲਥ ਆਰਗੇਨਾਈਜੇਸ਼ਨ ਦੁਆਰਾ ਅਨਾਊਂਸ ਕੀਤਾ ਗਿਆ ਤਾਂ ਕਿ ਜਿਹੜੇ ਲੋਕ ਨੇ ਆਪਦੇ ਹੱਥ ਧੋਣ ਠੀਕ ਹੈ 40 ਸਕਿੰਟ ਤੱਕ ਤਾਂ ਕਿ ਆਪਦੇ ਆਪ ਨੂੰ ਸੇਫ ਰੱਖ ਸਕਣ ਤੇ ਇਸ ਜਿਹੜਾ ਕੋਰੋਨਾ ਵਾਇਰਸ ਦਾ ਡਿਜ਼ੀਜ਼ ਹੈ ਇਹਦੇ ਸਪਰੈਡ ਤੋਂ ਪ੍ਰਿਵੈਂਟ ਕਰ ਸਕਣ, ਇਹਦੀ ਟਰਾਂਸਮਿਸ਼ਨ ਤੋਂ ਰੋਕਿਆ ਜਾ ਸਕੇ। ਸੋ ਇੰਪੋਰਟੈਂਟ ਹੈ ਪੁੱਛ ਸਕਦੇ ਨੇ ਤਾਂ ਸੇਫ ਐਂਡ ਚੈਲੰਜ ਕਿਹਦੇ ਦੁਆਰਾ ਕੈਂਪੇਨ ਇਹ ਅਨਾਊਂਸ ਕੀਤਾ ਗਿਆ, ਉਹ ਹੈ ਜੀ ਵਰਲਡ ਹੈਲਥ ਆਰਗੇਨਾਈਜੇਸ਼ਨ। ਸੋ ਇਸ ਚੀਜ਼ ਦਾ ਐਨਾਲਿਸਿਸ ਮਿਲਦਾ ਕੱਲ੍ਹ ਦੇ ਨਿਊਜ਼ ਦੇ ਨਾਲ। ਧੰਨਵਾਦ।